ਗੁਰਸਿੱਖ ਪਰਿਵਾਰ ਨੇ ਬਣਾਇਆ ਨਵਾਂ ਰਿਕਾਰਡ। ਦੋ ਬੱਚਿਆਂ ਸਮੇਤ ਪਤੀ ਪਤਨੀ ਨੇ ਮਾਰੀਆਂ ਮੱਲਾਂ। ਕਸ਼ਮੀਰ ਦੀਆਂ ਉੱਚੀਆਂ ਚੋਟੀਆਂ ਤੇ ਕੀਤੀ ਚੜ੍ਹਾਈ। ਯਹਾਂ ਪੰਜਾਬ ਸੇ ਸਕੂਟੀ ਪੇ ਕੋਈ 1.5 ਸਾਲ ਕੇ ਬੱਚੇ ਕੋ ਲੈ ਕੇ ਆਇਆ ਕਦੇ? ਅਭੀ ਤੱਕ ਕੋਈ ਨਹੀਂ ਆਇਆ ਮੈਮ। ਨਿੱਕੇ ਨਿੱਕੇ ਬੱਚਿਆਂ ਦਾ ਵੀ ਵੇਖੋ ਹੌਸਲਾ। ਆਹਾ 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 -6 ਡਿਗਰੀ ਦੀ ਕੜਾਕੇ ਵਾਲੀ ਠੰਡ 'ਚ ਗੁਰੂ ਪਿਆਰੇ ਨਹੀਂ ਹਾਰੇ ਹਿੰਮਤ। ਸਵਾ ਸਾਲ ਦੀ ਬੱਚੀ ਤੇ 4 ਸਾਲ ਦਾ ਮੁੰਡਾ, ਦੋਹਾਂ ਦੇ ਨਾਂ ਲਿਖਿਆ ਗਿਆ ਰਿਕਾਰਡ। ਤਾਂ ਅੰਮ੍ਰਿਤਸਰ ਦੇ ਇੱਕ ਗੁਰਸਿੱਖ ਪਰਿਵਾਰ ਨੇ ਵੱਡੀ ਮੱਲ ਮਾਰੀ ਹੈ। ਕੁਝ ਵੱਖਰਾ ਕਰਨ ਦੀ ਦਲੇਰੀ 'ਚ ਦਲੇਰ ਸਿੰਘ ਦੀ ਤਾਂਗ ਨੇ ਕਰਵਾਇਆ ਵੱਡਾ ਕਾਰਨਾਮਾ। ਸਾਰੇ ਪਾਸੇ ਦਲੇਰ ਸਿੰਘ ਦੀ ਦਲੇਰੀ ਦੇ ਚਰਚੇ ਹੋ ਰਹੇ ਨੇ। ਦੋ ਚੋਟੀਆਂ ਆਪਣੇ ਨਿੱਕੇ ਨਿੱਕੇ ਬੱਚੇ ਅਤੇ ਪਤਨੀ ਸਮੇਤ ਸਰ ਕਰ ਗਿਆ ਦਲੇਰ ਸਿੰਘ। 12,500 ਫੁੱਟ ਉੱਚੀ ਸਿੰਥਨ ਟੌਪ ਅਤੇ 10,000 ਫੁੱਟ ਉੱਚੀ ਨੱਥਾ ਟੌਪ। ਕਸ਼ਮੀਰ ਦੀਆਂ ਇਹ ਦੋਨੇ ਚੋਟੀਆਂ ਸਰ ਕਰਨਾ ਕੋਈ ਮਜ਼ਾਕ ਦੀ ਗੱਲ ਨਹੀਂ। ਪਰ ਇਸ ਦਲੇਰ ਸਿੰਘ ਨੇ ਆਪਣੇ ਦੋ ਨਿੱਕੇ ਨਿੱਕੇ ਨਿਆਣੇ ਅਤੇ ਪਤਨੀ ਸਮੇਤ ਕਈ ਘੰਟਿਆਂ ਦੀ ਸਕੂਟੀ ਰਾਈਡ ਕਰਨ ਤੋਂ ਬਾਅਦ ਇਹ ਰਿਕਾਰਡ ਬਣਾਇਆ ਹੈ। ਇਹਨਾਂ ਦੋਨਾਂ ਚੋਟੀਆਂ ਨੂੰ ਇੱਕੋ ਸਾਥ ਸਰ ਕਰਨ ਵਾਲਾ ਪਹਿਲਾ ਪਰਿਵਾਰ ਬਣਿਆ ਦਲੇਰ ਸਿੰਘ ਦਾ। ਕਮੈਂਟ ਬਾਕਸ 'ਚ ਤੁਸੀਂ ਵੀ ਦਿਓ ਵਧਾਈ ਅਤੇ ਵੱਧ ਤੋਂ ਵੱਧ ਵੀਡੀਓ ਨੂੰ ਕਰੋ ਸ਼ੇਅਰ। ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਜਿੰਦਰ ਕੌਰ ਹੈ, ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ। ਅਤੇ ਅਸੀਂ ਹਰ ਸਾਲ, ਸਾਨੂੰ ਹੋਲੀਆਂ ਦੇ ਦਿਨਾਂ 'ਚ ਛੁੱਟੀਆਂ ਹੁੰਦੀਆਂ 4-5, ਅਸੀਂ ਹਰ ਵਾਰੀ ਜਾਈਦਾ ਹੈ, ਗੱਡੀ 'ਤੇ ਜਾਈਦਾ ਹੈ ਅਸੀਂ ਹਰ ਵਾਰੀ। ਇਸ ਵਾਰ ਸੋਚਿਆ ਕਿ ਚਲੋ ਸਕੂਟੀ 'ਤੇ ਚੱਲਦੇ ਹਾਂ। ਅਸੀਂ ਫਿਰ ਘਰ ਪਲੈਨ ਬਣਾਇਆ, ਚੱਲਦੇ ਕਿਸੇ ਉੱਚੀਆਂ ਚੋਟੀਆਂ ਵਗੈਰਾ 'ਤੇ ਚੱਲਦੇ ਹਾਂ। ਅਤੇ ਚਲੋ ਅਚਾਨਕ ਬਸ ਤੁਰ ਪਏ, ਨਿਕਲ ਪਏ। ਫਿਰ ਸਲਾਹ ਕਰਕੇ ਗਏ ਤਾਂ ਅਸੀਂ ਫਿਰ ਜੰਮੂ ਕਸ਼ਮੀਰ ਗਏ। ਜੰਮੂ ਕਸ਼ਮੀਰ ਤੋਂ ਅੱਗੇ ਗਏ ਸਿੰਥਨ ਟੋਪ ਵਗੈਰਾ, ਵਾਪਸੀ 'ਤੇ ਫਿਰ ਪਤਨੀ ਤੋਂ ਨੱਥਾ ਟੋਪ ਚਲੇ ਗਏ। ਰਸਤੇ 'ਚ ਸਾਨੂੰ ਸਾਰੇ ਦੇਖ ਕੇ ਹੈਰਾਨ ਹੁੰਦੇ ਸੀਗੇ ਕਿ ਇੰਨੇ ਛੋਟੇ ਬੱਚੇ ਨੂੰ ਲੈ ਕੇ ਕਿਸ ਤਰ੍ਹਾਂ ਆ ਗਏ ਜੇ ਤੁਸੀਂ। ਗੱਡੀਆਂ 'ਤੇ ਲੋਕ ਬੜੀ ਮੁਸ਼ਕਿਲ ਆਉਂਦੇ ਆ, ਅਤੇ ਇੰਨਾ ਛੋਟਾ ਜਿਹਾ ਬੱਚਾ ਤੁਹਾਡੇ ਨਾਲ, ਤੁਸੀਂ ਤਾਂ ਵਰਲਡ ਰਿਕਾਰਡ ਕਾਇਮ ਕਰਤਾ। ਸਾਰੇ ਖੁਦ ਸਾਨੂੰ ਕਹਿੰਦੇ ਸੀ, ਅਤੇ ਕੁਛ ਸਾਨੂੰ ਮਨਾ ਵੀ ਕਰਦੇ ਸੀ ਕਿ ਇੰਨੀ ਦੂਰ ਤੱਕ ਨਾ ਜਾਓ, ਅੱਗੇ ਉੱਚਾਈ ਬਹੁਤ ਹੈ, ਠੰਡ ਬਹੁਤ ਹੈ। ਅਸੀਂ ਕਿਹਾ ਕੋਈ ਗੱਲ ਨਹੀਂ, ਕੁਛ ਨਹੀਂ ਹੁੰਦਾ, ਪਰਮਾਤਮਾ ਸਾਡੇ ਨਾਲ ਆ। ਬੱਚੇ ਵੀ ਇੰਜੋਏ ਕਰਦੇ ਰਹੇ, ਅਸੀਂ ਵੀ ਇੰਜੋਏ ਕਰਦੇ ਰਹੇ। ਠੀਕ ਆ, ਹਵਾ ਬਹੁਤ ਠੰਡੀ ਸੀ, ਬਰਫੀਲੀ ਹਵਾ ਸੀਗੀ। ਚੱਲਦੇ ਗਏ, ਬਹੁਤ ਇੰਜੋਏ ਕੀਤਾ ਅਸੀਂ ਪੂਰੇ ਪਰਿਵਾਰ ਨੇ। ਤਾਂ ਲਾਸਟ ਜਦੋਂ ਅਸੀਂ ਵਾਪਿਸ ਆ ਰਹੇ ਸੀ, ਤਾਂ ਇੱਕ ਦਿਨ ਦਾ ਪੂਰੀ ਰਾਤ ਬਾਰਿਸ਼ ਵੀ ਹੁੰਦੀ ਰਹੀ। ਬਾਰਿਸ਼ ਤੋਂ ਬਾਅਦ ਅਸੀਂ ਵਾਪਿਸ ਆਉਣਾ ਸੀ, ਸਵੇਰੇ ਲੇਟ ਵੀ ਹੋ ਗਏ ਕਾਫੀ। ਤਾਂ ਰਸਤਾ ਵੀ ਥੋੜ੍ਹਾ ਨਾ ਬਾਰਿਸ਼ ਦੇ ਕਾਰਨ ਖਰਾਬ ਹੋ ਗਿਆ। ਉਹਦੇ ਕਾਰਨ ਇਹ ਸਕੂਟੀ ਚਲਾ ਰਹੇ ਸੀ, ਅਤੇ ਆਫ ਰੋਡਿੰਗ ਵਾਲਾ ਰਸਤਾ ਹੋ ਗਿਆ, ਬੁੱਲ 'ਤੇ ਲੱਗੀ ਇਹਨਾਂ ਦਾ, ਥੋੜ੍ਹਾ ਬੁੱਲ ਵੀ ਪਾੜ ਗਿਆ ਰਸਤੇ 'ਤੇ। ਹਲਕਾ ਹਲਕਾ ਬੱਚੇ ਥੋੜ੍ਹਾ ਬਹੁਤਾ ਬਿਮਾਰ ਵੀ ਹੋ ਗਏ। ਚਲੋ ਅਸੀਂ ਵੈਸੇ ਹੀ ਓਟ ਪੋਟ ਕਰਕੇ ਠੀਕ ਕਰ ਲਿਆ ਇਹਨਾਂ ਨੂੰ ਕਿਸੇ ਤਰ੍ਹਾਂ। ਤੇ ਮਨ ਦੇ ਵਿੱਚ ਡਰ ਨਹੀਂ ਲੱਗਾ ਕਿ ਛੋਟੇ ਬੱਚੇ ਲੈ ਕੇ ਜਾਣਾ ਇਹ ਬੀਂਗੇ ਲੇਡੀਜ਼? ਨਹੀਂ ਜੀ, ਡਰ ਤਾਂ ਕੋਈ ਨਹੀਂ ਲੱਗਾ, ਕੋਈ ਡਰ ਨਹੀਂ ਨਾ ਲੱਗਾ। ਨਹੀਂ, ਬਹੁਤ ਇੰਜੋਏ ਕੀਤਾ ਅਸੀਂ, ਹੈ ਨਾ, ਕੋਈ ਡਰ ਨਹੀਂ ਲੱਗਾ।
ਅਤੇ ਸਾਡੀ ਪੂਰੇ ਪਰਿਵਾਰ ਦੀ ਇਹੀ ਤਮੰਨਾ ਕਿ ਅਸੀਂ ਤਾਂ ਹੋਰ ਉੱਚੀਆਂ ਉੱਚੀਆਂ ਚੋਟੀਆਂ 'ਤੇ ਆਪਣੇ ਬੱਚਿਆਂ ਨੂੰ ਲੈ ਕੇ ਜਾਵਾਂਗੇ। ਕੋਈ ਡਰ ਨਹੀਂ ਲੱਗਾ, ਕੁਛ ਨਹੀਂ, ਅਸੀਂ ਤਾਂ ਬਹੁਤ ਇੰਜੋਏ ਕੀਤਾ, ਫਿਰ ਜਾਵਾਂਗੇ ਦੁਬਾਰਾ ਅਸੀਂ ਤਾਂ। ਮੇਰਾ ਨਾਮ ਦਲੇਰ ਸਿੰਘ ਆ ਜੀ, ਅਤੇ ਮੈਂ ਅੰਮ੍ਰਿਤਸਰ ਸ਼ਹਿਰ ਦਾ ਵਸਨੀਕ ਹਾਂ। ਅਤੇ ਹੋਲੇ ਮਹੱਲੇ 'ਤੇ ਹਰ ਨੂੰ ਮੇਰੀ ਫੈਕਟਰੀ ਨੂੰ 4-5 ਦਿਨ ਦੀਆਂ ਛੁੱਟੀਆਂ ਹੁੰਦੀਆਂ, ਅਸੀਂ ਹਰ ਵਾਰੀ ਹੋਲੇ ਮਹੱਲੇ 'ਤੇ ਕਿਤੇ ਨਾ ਕਿਤੇ ਜਾਈਦਾ ਆ। ਅਤੇ ਐਰਕੀ ਮੈਂ ਸੋਚਿਆ ਕੁਛ ਹੋਰ ਉੱਚੀਆਂ ਜਗ੍ਹਾ 'ਤੇ ਜਾਇਆ ਜਾਵੇ, ਇਸ ਲਈ ਮੈਂ ਸਰਚ ਕੀਤਾ ਅਤੇ ਮੈਨੂੰ 2 ਚੋਟੀਆਂ ਜੰਮੂ ਕਸ਼ਮੀਰ ਦੀਆਂ ਦਿਖੀਆਂ, ਜਿਨ੍ਹਾਂ ਦਾ ਇੱਕ ਦਾ ਨਾਮ ਸਿੰਥਨ ਟੋਪ ਅਤੇ ਦੂਜੀ ਦਾ ਨਾਮ ਨੱਥਾ ਟੋਪ ਸੀਗਾ। ਸਿੰਥਨ ਟੋਪ ਦੀ ਉੱਚਾਈ ਕਰੀਬਨ 12,500 ਫਿੱਟ ਆ, ਅਤੇ ਨੱਥਾ ਟੋਪ ਦੀ ਉੱਚਾਈ ਕਰੀਬਨ 10,000 ਫਿੱਟ ਆ। ਅਤੇ ਇਹ ਸਰਚ ਕਰਨ ਤੋਂ ਬਾਅਦ ਮੈਂ ਇਹ ਸਰਚ ਕੀਤਾ ਵੀ ਉੱਥੇ ਗਿਆ ਕੌਣ ਕੌਣ ਆ, ਪਰ ਮੈਨੂੰ ਪਤਾ ਲੱਗਾ ਵੀ ਉੱਥੇ ਕਪਲ ਔਰ ਸਕੂਟਰੀ 'ਤੇ, ਉਸ ਤੋਂ ਉੱਪਰ 1.5 ਸਾਲ ਦੀ ਬੱਚੀ ਅਤੇ 4 ਸਾਲ ਦੇ ਬੱਚੇ ਨਾਲ ਪੰਜਾਬੀ ਕੋਈ ਵੀ ਨਹੀਂ ਗਿਆ, ਪੰਜਾਬੀ ਛੱਡੋ ਪੂਰੇ ਵਰਲਡ 'ਚੋਂ ਕੋਈ ਵੀ ਨਹੀਂ ਉੱਥੇ ਗਿਆ। ਇਹ ਪਹਿਲਾ ਕਪਲ ਮੈਂ ਹਾਂ, ਅਸੀਂ ਹਾਂ ਜਿਹੜੇ ਮਤਲਬ 1.5 ਸਾਲ ਦੀ ਬੱਚੀ ਅਤੇ 4-5 ਸਾਲ ਦੇ ਬੱਚੇ ਦੇ ਨਾਲ ਅਸੀਂ ਉੱਥੇ ਉਹਨਾਂ ਚੋਟੀਆਂ ਨੂੰ ਸਰ ਕਰਕੇ ਆਏ ਹਾਂ। ਠੰਡ ਬਹੁਤ ਸਾਰੀ ਜ਼ਿਆਦਾ ਸੀਗੀ, -2 ਡਿਗਰੀ ਟੈਂਪਰੇਚਰ ਸੀਗਾ ਸਿੰਥਨ ਟੋਪ, ਅਤੇ -8 ਡਿਗਰੀ ਟੈਂਪਰੇਚਰ ਸੀਗਾ ਨੱਥਾ ਟੋਪ ਦਾ। ਸਾਨੂੰ ਉੱਥੇ ਹਵਾ ਬਹੁਤ ਲੱਗੀ, ਠੰਡੀ ਬਹੁਤ ਲੱਗੀ, ਪਰ ਕੋਈ ਗੱਲ ਨਹੀਂ, ਅਸੀਂ ਮਨ 'ਚ ਸੋਚਿਆ ਸੀਗਾ ਵੀ ਸਰ ਕਰਕੇ ਆਉਣੀ ਹੈ, ਅਤੇ ਵਾਕਈ ਅਸੀਂ ਸਰ ਕਰਕੇ ਵਾਪਸ ਆਏ ਹਾਂ। ਕਿਸ ਤਰ੍ਹਾਂ, ਕਿੰਨੀ ਕੁ ਮੁਸ਼ਕਲ ਆਈ ਉੱਥੇ ਦੇਖਣ ਨੂੰ ਮਿਲੀ? ਮੁਸ਼ਕਲ ਜੇ ਮੇਰੇ ਕੋਲ ਕੋਈ ਮੋਟਰਸਾਈਕਲ ਵਗੈਰਾ ਹੁੰਦਾ ਫਿਰ ਮੈਨੂੰ ਮੁਸ਼ਕਲ ਆਉਂਦੀ, ਪਰ ਮੈਂ ਸ਼ੁਕਰ ਕਰਦਾ ਪਰਮਾਤਮਾ ਦਾ ਵੀ ਇੱਕ ਤਾਂ ਉਹਨਾਂ ਦਾ ਸਿਰ ਹੱਥ ਮੇਰੇ ਸਿਰ 'ਤੇ ਰਿਹਾ ਆ, ਅਤੇ ਦੂਜਾ ਮੇਰੇ ਕੋਲ ਸੀਗੀ ਜਾਮਾ ਦੀ ਸਕੂਟਰੀ, ਉਹ ਸਕੂਟਰੀ ਬਹੁਤ ਵਧੀਆ ਰਹੀ, ਬਹੁਤ ਕੰਫਰਟੇਬਲ ਰਹੀ ਮੈਨੂੰ ਸਕੂਟਰੀ, ਮੈਨੂੰ ਮੁਸ਼ਕਲ ਜ਼ਿਆਦਾ ਮੁਸ਼ਕਲ ਮੈਨੂੰ ਨਹੀਂ ਆਈ। ਹਾਂ, ਮੇਰੇ ਬੱਚੇ ਥੋੜ੍ਹੇ ਬਹੁਤ ਬਿਮਾਰ ਹੋਏ, ਕਿਤੇ ਮੀਂਹ ਦੇ ਕਾਰਨ ਮੇਰੀ ਸਕੂਟਰੀ ਇੱਕ ਜਗ੍ਹਾ ਫਿਸਲ ਗਈ ਅਤੇ ਮੇਰਾ ਬੋਲ ਵੀ ਪਾੜ ਗਿਆ। ਥੋੜ੍ਹੀਆਂ ਬਹੁਤੀਆਂ ਮੁਸ਼ਕਲਾਂ ਤਾਂ ਆਉਂਦੀਆਂ ਰਹਿੰਦੀਆਂ ਭਾਅ ਜੀ, ਗੱਲ ਪਤਾ ਕੀ ਹੈ, ਜੇ ਇਹਦੀਆਂ ਮੁਸ਼ਕਲਾਂ ਨਾ ਝੱਲੀਏ ਤਾਂ ਫਿਰ ਰਿਕਾਰਡ ਵੀ ਨਹੀਂ ਟੁੱਟਦੇ, ਜਾਂ ਰਿਕਾਰਡ ਵੀ ਨਹੀਂ ਬਣਦੇ, ਰਿਕਾਰਡ ਬਣਦੇ ਤਾਂ ਹੈ ਜੇ ਮੁਸ਼ਕਲਾਂ ਝੱਲੀਆਂ ਜਾਣ 'ਤੇ। ਇਸ ਕਰਕੇ ਮੈਨੂੰ ਕੋਈ ਅਫਸੋਸ ਵੀ ਨਹੀਂ ਗਾ, ਹਾਂ ਮੈਨੂੰ ਖੁਸ਼ੀ ਬਹੁਤ ਆ ਵੀ ਮੈਂ ਇਹ ਰਿਕਾਰਡ ਕਾਇਮ ਕਰ ਲਿਆ। ਡਰ ਨਹੀਂ ਲੱਗਾ ਇੰਨੇ ਬੱਚੇ ਛੋਟੇ ਬੱਚੇ ਦੇ ਨਾਲ ਜਾਣਾ ਜਾਂ ਕਿਸ ਤਰ੍ਹਾਂ? ਹੈ ਨਾ, ਡਰ ਥੋੜ੍ਹਾ ਬਹੁਤਾ, ਡਰ ਤਾਂ ਦੇਖੋ ਇਨਸਾਨ ਆ, ਹਰ ਕਿਸੇ ਨੂੰ ਲੱਗਦਾ, ਮੈਂ ਵੀ ਕੋਈ ਰੱਬ ਨਹੀਂ ਹੈਗਾ, ਪਰ ਗੱਲ ਇਹ ਆ ਵੀ ਇੱਕ ਹਿੰਮਤ ਸੀਗੀ ਵੀ ਅਸੀਂ ਜਾਣਾ ਹੀ ਆ। ਦੂਜੀ ਗੱਲ ਇਹ ਵੀ ਜਦੋਂ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਖੜਾ ਨਾ, ਮੋਢੇ ਨਾਲ ਮੋਢਾ ਜੋੜ ਕੇ, ਫਿਰ ਬੰਦਾ ਕੋਈ ਪਰਵਾਹ ਨਹੀਂ ਕਰਦਾ, ਫਿਰ ਭਾਵੇਂ ਸਾਨੂੰ ਖੂਜ ਛੁੱਟ ਦਿਉ ਕੋਈ ਪਰਵਾਹ ਨਹੀਂ ਗੀ। ਅਤੇ ਇਸ ਕਰਕੇ ਅਸੀਂ ਮੇਰੇ ਮੈਂ ਆਪਣੇ ਸਭ ਤੋਂ ਪਹਿਲਾਂ ਤਾਂ ਆਪਣੇ ਜੀਵਨ ਸਾਥੀ ਦਾ ਧੰਨਵਾਦ ਕਰਦਾ ਜਿਹਨੇ ਮੇਰੇ ਨਾਲ ਮੇਰੇ ਸੁਪਨਿਆਂ ਦੇ ਵਿੱਚ ਮੇਰਾ ਸਾਥ ਦਿੱਤਾ, ਅਤੇ ਅਸੀਂ ਇਹ ਚੋਟੀਆਂ ਸਰ ਕਰਕੇ ਆਏ ਹਾਂ। ਉੱਥੇ ਲੋਕ ਵੀ ਤੁਹਾਨੂੰ ਮਿਲੇ ਹੋਣੇ, ਡਾਂਟਿਆ ਵੀ ਇਹਨਾਂ ਲੋਕਾਂ ਨੇ, ਡਰ ਵੀ ਦਿਖਾਇਆ ਹੋਣਾ ਕਾਫੀ ਜੀ, ਇਸ ਤਰ੍ਹਾਂ? ਜੀ ਹਾਂ, ਬਿਲਕੁਲ ਬਿਲਕੁਲ, ਸਾਨੂੰ ਲੋਕਲ ਰੋਗ ਕੋਸਦੇ ਸੀਗੇ, ਗੁੱਸੇ ਹੁੰਦੇ ਸੀਗੇ, ਉਹ ਤੋਂ ਉੱਪਰ ਸਾਨੂੰ ਆਰਮੀ ਅਫਸਰ ਵੀ, ਆਰਮੀ ਦੇ ਲੋਕ ਵੀ ਸਾਨੂੰ ਕਹਿੰਦੇ ਵੀ ਇੰਨੇ ਛੋਟੇ ਬੱਚਿਆਂ ਨੂੰ ਲੈ ਕੇ ਤੁਸੀਂ ਕਿੱਥੇ ਚੱਲੇ ਜਾਓ, ਵਾਪਸ ਚੱਲ ਜਾਓ, ਸਾਨੂੰ ਗੁੱਸੇ ਹੁੰਦੇ ਸੀਗੇ। ਇਨਫੈਕਟ ਸਾਡੇ ਉੱਥੇ ਕੋਈ ਯਾਰ ਦੋਸਤ ਆ ਕਾਜ਼ੀਕੁੰਡ ਰਹਿੰਦੇ, ਉਹ ਸਾਨੂੰ ਰੋਕ ਲੈਂਦੇ ਸੀ, ਬਿਲਕੁਲ ਸਕੂਟੀ ਫੜ ਲੈਂਦੇ, ਨਹੀਂ ਮੈਂ ਨਹੀਂ ਜਾਣ ਦੇਣਾ, ਮੈਂ ਨਹੀਂ ਜਾਣ ਦੇਣਾ, ਕਿਉਂਕਿ ਉਹਨਾਂ ਦਾ ਵੈਦਰ, ਉਹਨਾਂ ਨੂੰ ਪਤਾ ਉੱਥੋਂ ਦਾ ਵੈਦਰ ਕੀ ਆ, ਸਾਨੂੰ ਤਾਂ ਇੱਥੋਂ ਪੰਜਾਬ ਨੂੰ ਆਉਣ ਕਈ ਕੀ ਪਤਾ ਅਸੀਂ ਪਹਿਲੀ ਵਾਰੀ ਚੱਲੇ ਉੱਥੋਂ ਦਾ ਵੈਦਰ ਕੀ ਜਾਂ ਕੀ ਨਹੀਂ ਆ, ਸਾਨੂੰ ਫਿਰ ਵੀ ਮਤਲਬ ਉਹਨਾਂ ਨੂੰ ਰੋਕਿਆ, ਪਰ ਨਹੀਂ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਮੈਂ ਘਰੋਂ ਸੋਚ ਕੇ ਆਇਆ ਹਾਂ ਇਹ ਕੰਮ ਮੈਂ ਕਰਨਾ ਅਤੇ ਮੈਂ ਕਰਕੇ ਰਿਹਾ ਇਹ ਕੰਮ। ਰੋਕਿਆ ਮੈਨੂੰ ਬਹੁਤ ਜਾਣਿਆ ਨੇ, ਆਰਮੀ ਅਫਸਰਾਂ ਨੇ ਮੈਨੂੰ ਰੋਕਿਆ ਭਾਅ ਜੀ, ਜਿੱਥੋਂ ਅਸੀਂ ਪੈਟਰੋਲ ਪਵਾਈਦਾ ਸਾਨੂੰ ਪੈਟਰੋਲ ਪੰਪ ਵਾਲੇ ਵੀ ਕਹਿ ਦਿੰਦੇ ਭਾਅ ਜੀ ਵਾਪਸ ਚੱਲ ਜਾਓ, ਹੱਥ ਜੋੜਦੇ ਹਾਂ ਵਾਪਸ ਚੱਲ ਜਾਓ, ਨਾ ਜਾਓ ਨਾ ਜਾਓ, ਕਿਉਂਕਿ ਆਮ ਲੋਕ ਹੀ ਜਾਂਦੇ ਨੇ, 4-ਵੀਲਰ ਗੱਡੀਆਂ 'ਤੇ ਜਾਂਦੇ ਨੇ, ਜਿਹੜੀਆਂ 4x4 ਗੱਡੀਆਂ, ਥਾਰ ਵਗੈਰਾ ਗੱਡੀਆਂ, ਮੀਡੀਅਮ ਮੀਡੀਆਂ ਗੱਡੀਆਂ, ਉਹਨਾਂ 'ਚ ਜਾਂਦੇ, ਅਸੀਂ ਸਕੂਟੀ 'ਤੇ ਗਏ ਹਾਂ, ਸਕੂਟੀ 'ਤੇ, ਅਤੇ ਕੋਈ ਗੱਲ ਨਹੀਂ ਗੀ, ਸਾਨੂੰ ਮਹਾਰਾਜ ਨੇ ਆ ਤੁਹਾਡੇ ਸਾਹਮਣੇ ਬੈਠੇ ਹਾਂ, 4 ਦਿਨ ਲਾਏ ਆ, 950 ਕਿਲੋਮੀਟਰ ਲੱਗ ਸਕੇ ਅਸੀਂ ਸਫ਼ਰ ਕੀਤਾ, ਅਤੇ ਤੁਹਾਡੇ ਸਾਹਮਣੇ ਬੈਠੇ ਹਾਂ, ਸੁੱਖ ਸਾਂਦ ਬੈਠੇ ਹਾਂ। ਕਿੰਨੇ ਦਿਨ ਦਾ ਤੁਹਾਡਾ ਸਫ਼ਰ ਸੀਗਾ, ਕਿੰਨੇ ਕਿਲੋਮੀਟਰ ਦਾ ਤੁਹਾਡਾ ਟੂਰ ਸੀਗਾ, ਅਤੇ ਕਿੰਨੀ ਉੱਚਾਈ ਸੀਗੀ ਜੀ ਉਸ ਚੀਜ਼? ਉੱਚਾਈ ਸਿੰਥਨ ਟੋਪ ਦੀ ਉੱਚਾਈ 12,500 ਫਿੱਟ ਸੀਗੀ, ਅਤੇ ਨੱਥਾ ਟੋਪ ਦੀ ਉਚਾਈ 10,000 ਫਿੱਟ ਸੀਗੀ। 4 ਦਿਨ ਦਾ ਮੇਰਾ ਸਫ਼ਰ ਰਿਹਾ ਹੈ,
ਤਿੰਨ ਰਾਤਾਂ ਅਤੇ ਚਾਰ ਦਿਨ ਦਾ ਸਫ਼ਰ ਰਿਹਾ ਹੈ ਅਤੇ ਤਕਰੀਬਨ ਇਹ 950 ਜਾਂ 1000 ਦੇ ਲਾਗੇ ਛਾਗੇ ਲੰਬਾ ਸਫ਼ਰ ਸੀਗਾ ਕਿਲੋਮੀਟਰ। ਅਤੇ ਕੀ ਹੁਣ ਮਨ ਦੇ ਵਿੱਚ ਕੀ ਜਹਿਨ ਹੈਗਾ? ਮਨ ਦੇ ਵਿੱਚ ਮੇਰੇ ਇਹੀ ਆ ਵੀ ਬਸ ਹੁਣ ਜੇ ਇਹ ਸਰ ਕਰ ਲਈਆਂ ਤਾਂ ਫਿਰ ਮਾਊਂਟ ਐਵਰੈਸਟ ਵੀ ਕੋਈ ਚੀਜ਼ ਨਹੀਂ ਗੀ, ਲੇਹ ਲਦਾਖ ਵੀ ਕੋਈ ਚੀਜ਼ ਨਹੀਂ ਗੀ। ਮਹਾਰਾਜ ਕਿਰਪਾ ਕਰੇ, ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਅਤੇ ਮੈਂ ਆਪਣੀ ਪੂਰੀ ਫੈਮਿਲੀ ਦੇ ਨਾਲ ਇਹ ਚੋਟੀਆਂ, ਇਹ ਲੇਹ ਲਦਾਖ, ਇਹ ਐਵਰੈਸਟ, ਮਾਊਂਟ ਐਵਰੈਸਟ, ਇਹ ਸਾਰੇ ਸਰ ਕਰਕੇ ਦਿਖਾਵਾਂਗੇ। ਲੱਗਦਾ ਕਿ ਵਰਲਡ ਰਿਕਾਰਡ ਬਣਾਉਣ ਦੀ ਤੁਸੀਂ ਕੁਛ ਕੋਸ਼ਿਸ਼ ਕਰੋਗੇ ਜਾਂ ਕਿਸ ਤਰ੍ਹਾਂ? ਬਿਲਕੁਲ ਕਰਾਂਗੇ ਜੀ, ਬਿਲਕੁਲ ਕਰਾਂਗੇ। ਜੇ ਇਹ ਕਰ ਸਕਦੇ ਹਾਂ ਤਾਂ ਉਹ ਵੀ ਕਰ ਸਕਦੇ ਹਾਂ। ਨਾ ਵੀ ਕਰਾਂਗੇ, ਪਰ ਇੱਕ ਵਾਰੀ ਤਿਆਰੀ ਜ਼ਰੂਰ ਕਰਾਂਗੇ ਔਰ ਹਿੰਮਤ ਜ਼ਰੂਰ ਕਰਾਂਗੇ, ਕਰਕੇ ਵਿਖਾਵਾਂਗੇ ਜ਼ਰੂਰ ਇਹ ਕੰਮ। ਸਭ ਤੋਂ ਪਹਿਲਾਂ ਸ਼ੁਕਰ ਕਰਦੇ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਸਾਨੂੰ ਇਹ ਦਾਤ ਦਿੱਤੀ ਆ। ਅਸੀਂ ਅੱਜ ਵਰਲਡ ਰਿਕਾਰਡ ਬਣਾ ਰਹੇ ਹਾਂ। ਵਰਲਡ ਰਿਕਾਰਡ ਕਿੱਦਾਂ ਬਣਾਇਆ ਆ? ਅਸੀਂ ਨੱਥਾ ਟੋਪ, ਪਤਨੀ ਟੋਪ ਅਤੇ ਸਭ ਤੋਂ ਉੱਪਰਲਾ ਟੋਪ ਜਿਹੜਾ ਸਿੰਥਨ ਟੋਪ ਕਿਸ਼ਤਵਾੜ ਦੇ ਰਸਤੇ 'ਚ ਆਉਂਦਾ ਆ, ਤਕਰੀਬਨ ਉੱਥੇ -2 ਡਿਗਰੀ ਟੈਂਪਰੇਚਰ ਦੇ ਵਿੱਚ ਅਸੀਂ ਉੱਥੇ ਆਪਣੀ ਬੱਚੀ ਦੇ ਨਾਲ, ਆ 1.5 ਸਾਲ ਦੀ ਮੇਰੀ ਬੱਚੀ ਆ, ਇਹਦੇ ਨਾਲ ਅਸੀਂ ਮਾਈਨਸ ਟੈਂਪਰੇਚਰ 2 ਡਿਗਰੀ 'ਤੇ ਅਸੀਂ ਜਾ ਕੇ ਉੱਥੇ ਘੁੰਮ ਕੇ ਆਏ ਹਾਂ। ਅਤੇ ਸਕੂਟਰੀ 'ਤੇ ਬਾਰਿਸ਼ ਪੈ ਰਹੀ ਸੀ, ਸਨੋਫੋਲ ਹੋ ਰਹੀ ਸੀ ਸਕੂਟਰੀ 'ਤੇ, ਲੋਕ ਸਾਨੂੰ ਬੁਰਾ ਵੀ ਬੋਲਦੇ ਸੀਗੇ ਵੀ ਤੁਸੀਂ ਆਪਣੇ ਬੱਚਿਆਂ ਦੀ ਜਾਨ 'ਤੇ ਵੇਖੋ ਕੀ ਬਣੇ ਜੇ ਤੁਸੀਂ, ਪਰ ਨਹੀਂ, ਸਾਨੂੰ ਸੀਗਾ ਵੀ ਅਰੇ ਅਸੀਂ ਵਰਲਡ ਰਿਕਾਰਡ ਬਣਾਉਣਾ ਹੈ ਅਤੇ ਬਣਾਉਣਾ ਆ। ਬਹੁਤ ਜਣੇ ਨੇ ਦੇਖਿਆ ਅਤੇ ਹੈਰਾਨ ਵੀ ਹੁੰਦੇ ਸੀ, ਕਹਿੰਦੇ ਵਾਹ ਬੱਚੇ ਠੀਕ ਠਾਕ ਹੈ, ਕਹਿੰਦੇ ਤੁਸੀਂ ਲੈ ਕੇ ਆ ਗਏ ਹੋ, ਕਿੱਦਾਂ ਲੈ ਕੇ ਆ ਗਏ ਹੋ? ਅਸੀਂ ਕਿਹਾ ਬਸ। ਜਦੋਂ ਅਸੀਂ ਨੱਥਾ ਟੋਪ ਪਹੁੰਚੇ ਆ, ਉਹ ਵੀ ਬਹੁਤ ਖਤਰਨਾਕ ਚੜ੍ਹਾਈ ਸੀਗੀ ਔਰ ਹਾਂ ਖੂਬਸੂਰਤ ਵੀ ਬਹੁਤ ਸੀਗੀ। ਉੱਥੇ ਵੀ ਪਹੁੰਚਣ ਵਾਲੇ ਅਸੀਂ ਪਹਿਲੇ ਹੀ ਹਾਂ, ਜਿਹੜੇ 1.5 ਸਾਲ ਦੀ ਬੱਚੀ ਦੇ ਨਾਲ ਅਸੀਂ ਉੱਥੇ ਪਹੁੰਚੇ ਹਾਂ। ਸ਼ੁਕਰ ਕਰਦੇ ਪਰਮਾਤਮਾ ਦਾ, ਅਤੇ ਮੈਂ ਚਾਹੁੰਦਾ ਮੇਰੇ ਬੱਚੇ ਇੱਦਾਂ ਵੀ ਅੱਗੇ ਵੀ ਵਰਲਡ ਰਿਕਾਰਡ ਬਣਾਉਂਦੇ ਰਹਿਣ, ਅੱਗੇ ਵੀ ਸਾਡੇ ਬੱਚੇ ਇਸੇ ਤਰ੍ਹਾਂ ਜਾਂਦੇ ਹੁੰਦੇ ਰਹਿਣ। ਸਫ਼ਰ ਇਹਨਾਂ ਨੇ ਬਹੁਤ ਇੰਜੋਏ ਕੀਤਾ, ਬੱਚੇ ਵੀ ਸਾਡੇ ਬਿਲਕੁਲ ਠੀਕ ਠਾਕ ਰਹੇ ਆ। ਵਾਪਿਸ ਇੱਥੇ ਨੱਥਾ ਟੋਪ ਪਹੁੰਚ ਗਏ ਹਾਂ ਜੀ, ਫਿਰ ਠੀਕ ਹੈ ਨੱਥਾ ਟੋਪ ਪਹੁੰਚ ਗਏ ਅਤੇ ਇੱਥੇ ਮੈਂ ਦੁਕਾਨ ਵਾਲੇ ਇੱਥੇ ਬਾਈ ਜੀ ਨੂੰ ਪੁੱਛਿਆ ਹੈ, ਇਹਨਾਂ ਨੂੰ ਪੁੱਛਦੇ ਹਾਂ ਕੀ ਕਹਿੰਦੇ। ਅੱਛਾ ਬਾਈ ਜੀ, ਨਮਸਤੇ ਬਾਈ ਜੀ। ਨਮਸਤੇ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਹੈ, ਠੀਕ ਹੋ? ਇੱਕਦਮ ਬੜੀਆ, ਫਾਈਨ ਜੀ। ਆਓ ਆਪੇ ਸਾਹਮਣੇ। ਅੱਛਾ, ਮੈਨੇ ਆਪਸੇ ਯੇ ਪੁੱਛਣਾ ਥਾ ਕਿ ਯਹਾਂ ਪੰਜਾਬ ਸੇ ਸਕੂਟੀ ਪੇ ਕੋਈ 1.5 ਸਾਲ ਕੇ ਬੱਚੇ ਕੋ ਲੈ ਕੇ ਆਇਆ ਹੈ ਕਭੀ? ਅਭੀ ਤੱਕ ਕੋਈ ਨਹੀਂ ਆਇਆ ਮੈਮ। ਯੇ ਹਮਾਰਾ ਵਰਲਡ ਰਿਕਾਰਡ ਹੈ। ਹਾਂਜੀ ਬਿਲਕੁਲ ਪੱਕਾ ਜੀ, ਯੇ ਪਹਿਲੀ ਵਾਰ ਹੈ। ਓਕੇ, ਬਹੁਤ ਖੁਸ਼ੀ ਹੋ ਰਹੀ ਹੈ ਹਮਕੋ, ਬੱਚਾ ਹਮਾਰਾ ਵੀ ਬਹੁਤ ਖੁਸ਼ ਹੈ। ਇੱਕ ਹਮਾਰਾ 1.5 ਸਾਲ ਕਾ ਬੱਚਾ ਹੈ, ਇੱਕ 5 ਸਾਲ ਕਾ ਬੱਚਾ ਹੈ ਹਮਾਰੇ ਸਾਥ। ਅੱਛਾ, ਹਮ ਪੰਜਾਬ ਸੇ ਹੈ, ਜੰਮੂ ਕਸ਼ਮੀਰ। ਅੱਛਾ, ਔਰ ਫਿਰ ਇਧਰ ਨੱਥਾ ਟੋਪ ਔਰ ਆਗੇ। ਅੱਛਾ ਅੱਛਾ, ਯੇ ਤੋ ਆਪਕਾ ਵਰਲਡ ਰਿਕਾਰਡ ਹੈ, ਯੇ ਰਾਸਤ ਤੋ ਕੋਈ ਨਹੀਂ ਛੋਟੀ, ਇਤਨੇ ਛੋਟਾ ਬੇਬੀ ਕੋ ਲੈ ਕੇ ਆਇਆ, ਕਿਉਂਕਿ ਯਹਾਂ ਪੇ ਠੰਡ ਵੀ ਹੈ ਔਰ ਠੰਡੀ ਹਵਾ ਵੀ ਬਹੁਤ ਤੇਜ਼ ਚਲਤੀ ਹੈ। ਤੋ ਆਪ ਲੋਗ ਕੈਸੇ ਬੱਚੇ ਕੋ ਕੇਅਰ ਕਰ ਰਹੇ ਹੋ, ਮੈਨੇਜ ਕਰ ਰਹੇ ਹੋ, ਯੇ ਤੋ ਆਪਕੀ ਹਿੰਮਤ ਹੈ। ਔਰ ਭਾਈ ਆਪ ਕਿਆ ਕਹਿਣਾ ਚਾਹੋਗੇ? ਹਮ ਵੀ ਕਹਾਂਗੇ ਯੇ ਪਹਿਲੀ ਵਾਰ ਹੀ ਹੋਏ ਔਰ ਬਿਲਕੁਲ ਅੱਛਾ ਹੋਇਆ, ਅਭੀ ਤੱਕ ਕੋਈ ਨਹੀਂ ਆਇਆ। ਠੀਕ ਹੈ ਜੀ, ਓਕੇ, ਥੈਂਕ ਯੂ ਭਾਈ। ਓਕੇ ਥੈਂਕ ਯੂ ਜੀ, ਫਿਰ ਮਿਲਾਂਗੇ। ਬਸ ਫਿਰ ਮਿਲਾਂਗੇ, ਆਏਂਗੇ ਇੱਕ ਸੀਜ਼ਨ ਹਮਨੇ ਸਕੂਟੀ ਪੇ ਨਾ, ਫਿਰ ਆਣਾ ਹੈ। ਓਕੇ, ਜੰਮੂ ਕਸ਼ਮੀਰ ਹਮਨੇ ਨਾ ਹਰਿਆਲੀ ਮੇ ਜਾਣਾ ਹੈ ਇੱਕ ਵਾਰ। ਅਗਲੀ ਵਾਰ ਲਦਾਖ ਤੱਕ ਜਾਓ? ਲਦਾਖ ਤੱਕ ਜਾਏਂਗੇ, ਲਦਾਖ ਤੱਕ ਅਭੀ ਥੋੜੇ ਟਾਈਮ ਬਾਅਦ, ਉਧਰ ਕਾ ਟੂਰ ਫੀਲ ਕਰੇਂਗੇ। ਓਕੇ, ਜਾਣਾ ਉਧਰ ਵੀ, ਉਧਰ ਕੀ ਵੀ ਤਮੰਨਾ ਹੈ ਬਹੁਤ ਜਾਣੇ ਕੀ। ਚਲੋ ਠੀਕ ਹੈ, ਓਕੇ ਬਾਈ, ਥੈਂਕ ਯੂ ਜੀ। ਬਹੁਤ ਖੁਸ਼ੀ ਹੁੰਦੀ ਆ ਸੱਚੀ, ਸਾਰੇ ਕਹਿੰਦੇ ਕੋਈ ਨਹੀਂ ਆਇਆ, ਸਾਡੇ ਉਪ ਤੱਕ ਪਹੁੰਚ ਗਿਆ ਸੀ। ਕੋਈ ਨਹੀਂ ਆਇਆ।